ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਤੇ ਨਮਸਕਾਰ ਡਾਕਟਰ ਸਟੈਕ ਸਰ ਹਮੇਸ਼ਾ ਤੋਂ ਰਣਵਾਈ ਫਰਮਾਂਦੇ مختلف ਮੁੱਦਿਆਂ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਤਾਰੀਖ ਦੇ ਨਾਲ ਜੁੜੀਆਂ ਜਾਂ ਕੁਝ ਗੁੰਝਲਾਂ ਹਮੇਸ਼ਾ ਖੁੱਲਦੀਆਂ ਰਹਿੰਦੀਆਂ ਨੇ ਇਹਨਾਂ ਨਾਲ ਗੱਲਬਾਤ ਕਰਕੇ ਇੱਕ ਹੋਰ ਨਵਾਂ ਜਿਹੜਾ ਮੇਰੇ ਵਾਸਤੇ ਪਰਸਨਲੀ ਮੇਰਾ ਐਕਸਪੀਰੀਅੰਸ ਕੁਝ ਹੋਰ ਹੈ ਕਿਉਂਕਿ ਮੈਂ ਪਾਰਟੀਸ਼ਨ ਤੇ ਕਾਫੀ ਸਾਰੇ ਮੈਂ ਇੰਟਰਵਿਊਜ਼ ਕੀਤੇ ਮੈਂ ਕਈ ਲੋਕਾਂ ਨੂੰ ਮਿਲਿਆ ਔਰ ਉਹਨਾਂ ਦੇ ਵਿੱਚ ਜਿਹੜਾ ਦੱਸਿਆ ਜਾਂਦਾ ਵੀ ਮਾਰ-ਦਾੜ ਦੇ ਵਿੱਚ ਕੌਣ ਲੋਕ ਸਨ ਉਹ ਸਪੈਸ਼ਲੀ ਕਿਸੇ ਕਮਿਊਨਿਟੀ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ لیکن اوورال ਜਦੋਂ ਅਸੀਂ ਸੋਸਾਇਟੀ ਦੇ ਵਿੱਚ ਗੱਲ ਕਰਦੇ ਆ ਖਾਸ ਕਰ ਪਾਕਿਸਤਾਨੀ ਸੋਸਾਇਟੀ ਦੇ ਅੰਦਰ ਤੇ ਇਹਦੇ ਅੰਦਰ ਇੱਕ ਗੱਲ ਬੜੀ ਸਾਨੂੰ ਹਰ ਬੰਦੇ ਦੀ ਜ਼ੁਬਾਨ ਤੋਂ ਮਿਲਦੀ ਹੈ ਕਿ ਜੀ ਇਹ ਹਿੰਦੂਆਂ ਦਾ ਇਹ ਸਾਜ਼ਿਸ਼ੀ ਚਾਲ ਖੇਡੀ ਗਈ ਹਿੰਦੂ ਕਮਿਊਨਿਟੀ ਨੇ ਔਰ ਹਿੰਦੂਆਂ ਨੇ ਜਿਹੜਾ ਪੰਜਾਬੀਆਂ ਨੂੰ ਵੀ ਵਕਤ ਕਰਤਾ ਪੰਜਾਬ ਨੂੰ ਵੀ ਵਕਤ ਕਰਤਾ ਔਰ ਉਸ ਤੋਂ ਬਾਅਦ ਸਾਰੇ ਰਿਸੋਰਸਸ ਤੇ ਉਹ ਮਾਲਕ ਬਣ ਕੇ ਬਹਿ ਗਏ ਜਦ ਕਿ ਹਕੀਕਤ ਕੁਝ ਹੋਰ ਹੈ ਅਗਰ ਅਸੀਂ ਲੰਦੇ ਪੰਜਾਬ ਦੇ ਅੰਦਰ ਵੀ ਦੇਖੀਏ ਤੇ ਉੱਥੋਂ ਦੀਆਂ ਮਾਰਕੀਟਾਂ ਦੇ ਮਾਲਕ ਜਿਹੜੇ ਸਨ ਉਹ Hindu community ਸਾਨੂੰ ਮਿਲਦੀ ਹੈ ਸਰ ਇਹ ਮਾਈਂਡਸੈਟ ਬਣਾਇਆ ਗਿਆ ਪਾਰਟੀਸ਼ਨ ਤੋਂ ਬਾਅਦ ਕੋਈ ਇਹਦੀ ਖਾਸ ਲੋੜ ਸੀ ਕਿ ਸਾਰਾ ਮੁੱਦਾ ਚੁੱਕ ਕੇ ਪਾਰਟੀਸ਼ਨ ਦਾ ਜਿੰਨਾ ਕਤਲਾਮ ਸੀ ਇਹਦਾ ਬਲੇਮ ਸਿਰਫ Hindu community ਤੇ ਪਾਤਾ ਜਾਵੇ ਜਾਂ ਕਿ ਲੋਕਾਂ ਨੇ ਆਪਣੇ ਤੌਰ ਤੇ ਆਪਣੇ ਨੇੜੇ ਆਣ ਤੇ ਮੁਸਲਮ ਔਰ ਸਿੱਖ ਜਿਹੜੇ ਸਨ ਇਹਨਾਂ ਨੇ ਨੇੜੇ ਆਣ ਲਈ ਉਸ ਨੂੰ ਟਾਰਗੇਟ ਕੀਤਾ ਇਸ ਸਟੇਟ ਨੇ ਬਣਾਇਆ ਜਾਂ ਕਿ ਮਿਲੀ ਭਗਤ ਹਮੇਸ਼ਾ ਦੀ ਤਰ੍ਹਾਂ ਜਿਵੇਂ ਬਾਕੀ ਸਾਰੇ ਮੁੱਦੇ ਹੁੰਦੇ ਨੇ ਕਿ ਸਟੇਟਸ ਨੈਰੇਟਿਵ ਬਣਾਉਂਦੀਆਂ ਹਨ ਔਰ ਆਵਾਮ ਜਿਹੜੀ ਖਾਸ ਕਰ ਪਾਕਿਸਤਾਨੀ ਆਵਾਮ ਹੈ ਉਸ ਨੂੰ ਮੰਨੋ ਅੰਤ ਤਸلیم ਕਰ ਲੈਂਦੀ ਇਹ ਬਿਲਕੁਲ ਇੱਕ ਝੂਠਾ ਨੈਰੇਟਿਵ ਹੈ ਕਿਉਂਕਿ ਜਦੋਂ ਪਾਰਟੀਸ਼ਨ ਹੋਈ ਸੀ ਤੇ ਉਹਦੇ ਬਾਅਦ ਗਵਰਨਮੈਂਟ ਆਫ ਪਾਕਿਸਤਾਨ ਦੇ ਮੇਰੇ ਜੇ ਤੁਸੀਂ ਪੰਜਾਬ ਵਾਲੀ ਕਿਤਾਬ ਵਿੱਚ ਪੜੋ ਠੀਕ ਔਰ ਬਿਬਲੀਓਗ੍ਰਾਫੀ ਚਲੇ ਜਾਓ ਅਫੀਸ਼ੀਅਲ ਪਬਲਿਕੇਸ਼ਨਸ ਉਹਦੇ ਚੋਂ ਲਿਸਟ ਆ ਜਾਂਦੀ ਹੈ ਠੀਕ ਉਹਦੇ ਵਿੱਚ 1948 ਦੇ ਵਿੱਚ ਗਵਰਨਮੈਂਟ ਆਫ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦੇਣਾ ਜੋ रिपोर्ट है ठीक है जी एक है सिक्स इन एक्शन ए पाकिस्तान की गवर्नमेंट की पब्लिकेशन है लाहौर गवर्नमेंट प्रिंटिंग प्रेस 1948 ओके okay? एक ये नोट ऑन द सिख प्लान लाहौर गवर्नमेंट प्रिंटिंग प्रेस आल्सो 1948 एक है ਆਰ ਐਸ ਐਸ ਇਨ ਦਾ ਪੰਜਾਬ ਥਿਸ ਇਜ਼ 194 ਐਟ ਇਨ ਡਾਕੂਮੈਂਟ ਉਦੋਂ ਦੇ ਹਨ ਠੀਕ ਤੁਸੀਂ ਦੇਖੋ ਕਿ ਜਿਹੜੀ ਹੈ ਨਾ ਉਹ ਦ ਸਿਕਸ ਇਨ ਐਕਸ਼ਨ ਉਹਦੇ ਚ ਉਹਨਾਂ ਨੇ ਦੱਸਿਆ ਕਿਸ ਤਰ੍ਹਾਂ ਸਿੱਖਾਂ ਦੇ ਜਥਿਆਂ ਨੇ ਮਿਲ ਮਿਲ ਕੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਈਸਟ ਪੰਜਾਬ ਵਿੱਚ ਔਰ ਗਾਜਰ ਮੂਲੀ ਵਾਕਰਾ ਮਾਰਿਆ ਠੀਕ ਹੈ that's the main argument argument ne whatever evidence they have odish present kita gaya ek tai report ho gayi dusri report jedi hai oh hai sikh plan jedi cid jedi si ithon di unadi puri report si ke sikhan di plan eh si ke je partition hove aur sanu jo chahne aao na mile te jinne musliman ਇਸ ਪੰਜਾਬ ਵਿੱਚ ਹੋਣਗੇ ਉਹਨਾਂ ਨੂੰ ਕੱਢ ਦੇਵਾਂਗੇ ਉੱਥੋਂ ਹਾਂਜੀ ਔਰ ਵੈਸਟ ਪੰਜਾਬ ਤੋਂ ਜਿੰਨੇ ਵੀ ਸਿੱਖ ਆਣਗੇ ਉਹਨਾਂ ਨੂੰ ਇੱਕ ਕੰਪੈਕਟ ਯਾਨੀ ਇੱਕੋ ਇਲਾਕੇ 'ਚ ਵਸਾਵਾਂਗੇ ਕਿਉਂਕਿ ਸਿੱਖਾਂ ਦੀ ਟ੍ਰੈਜੇਡੀ ਐ ਸੀ ਕਿ ਦੇ ਵਰ ਓਨਲੀ 13.2% ਆਫ ਬ੍ਰਿਟਿਸ਼ ਪੰਜਾਬ ਜੇ ਪ੍ਰਿੰਸੀਪਲ ਸਟੇਟਸ ਇਨਕਲੂਡ ਕਰ ਲੋ ਤੇ ਉਹ 14.1 ਬਣਦਾ ਸੀ ਵੈਰੀ ਸਮਾਲ ਡਿਫਰੈਂਸ ਉਹ ਕਿਸੇ ਜਗ੍ਹਾ ਵਿੱਚ ਵੀ ਮジョਰਿਟੀ ਚ ਨਹੀਂ ਸਨ ਨਾ ਪਟਿਆਲੇ ਚ ਤੇ ਨਾ ਕਪੂਰਥਲਾ ਜਿੱਥੇ ਮਹਾਰਾਜੇ ਜਿਹੜੇ ਸਨ ਫਰੀਦਕੋਟ ਇਨਕਲੂਡਿਡ ਹਾਂਜੀ ਸੋ ਦੇ ਵਰ ਨਾਟ ਇਨ ਅ ਮジョਰਿਟੀ ਅੰਮ੍ਰਿਤਸਰ ਜਿਹੜਾ ਉਹਨਾਂ ਦਾ ਹੋਲੀ ਸਿਟੀ ਹੈ ਉਹਦੇ ਚ ਵੀ ਉਹ ਮਨੋਰਿਟੀ ਸਨ ਸੋ ਦੇ ਵਰ ਨਾਟ ਇਨ ਅ ਮジョਰਿਟੀ ਐਨੀਵੇਅਰ ਸੋ ਅਕੋਰਡਿੰਗ ਟੂ ਦ ਗਵਰਨਮੈਂਟ ਆਫ ਪਾਕਿਸਤਾਨ ਐਡ ਰਿਪੋਰਟ ਸਿੱਖਾਂ ਦੀ ਐ ਪੂਰੀ ਪਲਾਨ ਸੀ ਕਿ ਪਾਰਟੀਸ਼ਨ ਜੇ ਹੁੰਦੀ ਔਰ ਜੋ ਅਸੀਂ ਚਾਹਨੇ ਆ ਯਾਨੀ ਸਹੀਵਾਲ ਔਰ ਫੈਸਲਾਬਾਦ ਦੀ ਜ਼ਮੀਨਾਂ ਅਜੇ ਤੇ ਸਾਡੀ ਬਹੁਤ ਇਨਵੈਸਟਮੈਂਟ ਹੈ ਜੇ ਸਾਨੂੰ ਨਹੀਂ ਮਿਲਦੀਆਂ ਤੇ ਫਿਰ ਅਸੀਂ ਔਰ گورనర్ ਸਰ ਐਵਨ ਜੈਂਕਿਨਸ ਦੀ ਬਾਤ ਬਾਤ ਰਿਪੋਰਟਸ ਨੇ ਦ ਸਿੱਖ ਦੇ ਆ ਦ ਸਿੱਖਸ ਆਰ ਇਨ ਅ ਇਨ ਅ ਵੈਰੀ ਮਿਲਟੈਂਟ ਫੇਸ ਕਿ ਉਹਨਾਂ ਨੇ ਇਹ ਐਕਟੀਵਿਟੀਜ਼ ਕੀਤੀ ਹੋਈਆਂ ਨੇ ਸੋ 올 ਦ ਇੰਟੈਲੀਜੈਂਸ ਰਿਪੋਰਟਸ ਟਾਕ ਅਬਾਊਟ ਦ ਸਿਕਸ ਸਿੱਖਾਂ ਦੀ ਟ੍ਰੈਜੇਡੀ ਕੀ ਹੈ ਕਿ ਜਦੋਂ ਲਾਹੌਰ ਰੈਜ਼ੋਲੂਸ਼ਨ ਪਾਸ ਹੋਇਆ ਤੇ ਇੱਕ ਹਫਤੇ ਦੇ ਬਾਅਦ ਸਿੱਖਾਂ ਵੱਲੋਂ ਡਿਮਾਂਡ ਹੋਈ ਹੈ ਸਰ ਸੁੰਦਰ ਸਿੰਘ ਮਜੀਠੀਆ ਸਿੱਖ ਨੈਸ਼ਨਲਿਸਟ ਪਾਰਟੀ ਦੇ ਸਨ ਉਹਨਾਂ ਨੇ ਕਿਹਾ ਕਿ ਜੇ ਮੁਸਲਮਾਨ ਇਸ ਹਿੰਦੁਸਤਾਨ ਨੂੰ ਆਪਣਾ ਮੁਲਕ ਨਹੀਂ ਸਮਝਦੇ ਤੇ ਇਹੋ ਜਿਹੇ ਇਸਲਾਮਿਕ ਪਾਕਿਸਤਾਨ ਵਿੱਚ ਅਸੀਂ ਵੀ ਨਹੀਂ ਚਾਹਾਂਗੇ ਰਹਿਣਾ ਮਤਲਬ ਦ ਸਿਕਸ ਵਿਲ ਰਿਜ਼ਿਸਟ ਇਟ ਸਿੱਖਾਂ ਦੀ ਡੈਕਲੇਰੇਸ਼ਨ ਅਗੇਂਸਟ ਐਨ ਇਸਲਾਮਿਕ ਪਾਕਿਸਤਾਨ ਕਮਜ਼ ਓਲਰੈਡੀ 1 ਵੀਕ ਆਫਟਰ ਦ ਲਾਹੌਰ ਰੈਜ਼ੋਲੂਸ਼ਨ ਬਟ ਮੋਰ ਇੰਪੋਰਟੈਂਟ ਮਾਰਚ 1945 47 ਦੇ ਜਿਹੜੇ ਬਲਵੇ ਹੋਏ ਨੇ ਜਦੇਚ ਸਾਰਾ ਕੰਮ ਖਰਾਬ ਹੋਇਆ ਤੁਸੀਂ ਜਾ ਕੇ ਪੜ੍ਹ ਲਓ ਉਹਦੇ ਚ ਵੀ ਗਵਰਨਮੈਂਟ ਰਿਪੋਰਟਸ ਬ੍ਰਿਟਿਸ਼ ਦੌਰ ਦੀਆਂ ਔਰ ਬਾਕੀ ਹਨ ਉਹਦੇ ਵਿੱਚ ਸਿੱਖਾਂ ਦੇ ਪਿੰਡਾਂ ਨੂੰ ਕਈ ਸੌ ਪਿੰਡਾਂ ਨੂੰ ਪਿੰਡੀ ਜੇਲਮ ਔਰ ਅਟਕ ਦੇ ਇਲਾਕੇ ਚ ਇਹ ਜਿਹੜਾ ਆਪਣਾ ਗੁਜਰ ਸਿੰਘ ਐਸਾਰੇ ਇਲਾਕੇ ਚ ਐਸ ਇਲਾਕੇ ਦੇ ਵਿੱਚ ਕੀ ਕੀ ਗੁਜਰ ਉਹ ਕੀ ਨਾ ਹੈ ਗੁਜਰ ਖਾਨ ਗੁਜਰ ਖਾਨ ਜੀ ਜੀ ਗੁਜਰ ਐਸ ਇਲਾਕੇ ਦੇ ਵਿੱਚ ਸਿੱਖ ਜਿਹੜੇ ਸਨ ਸੌਖੇ ਵੀ ਸਨ ਜ਼ਿੰਮੇਦਾਰ ਵੀ ਸਨ ਔਰ ਸਾਰੀ ਬਿਜ਼ਨਸ ਵੀ ਉਹ ਹੀ ਕੰਟਰੋਲ ਕਰਦੇ ਸਨ ਮੇਰੇ ਖਿਆਲ ਨਾਲ ਜੇ ਤੁਸੀਂ ਇਹਨਾਂ ਦੀ ਜ਼ਾਤ ਬਰਾਦਰੀਆਂ ਦੇਖੋ ਤੇ ਇਹ ਜੱਟ ਨਹੀਂ ਹੈਗੇ ਇਹ ਖत्री ਨੇ ਜਿਹੜੇ ਰਣਜੀਤ ਸਿੰਘ ਦੇ ਦੌਰ ਵਿੱਚ ਇਹ ਹਿੰਦੂੋਂ ਸਿੱਖ ਹੋ ਗਏ ਹੋਏ ਸਨ ਓਕੇ ਜੀ ਇਹਨਾਂ ਨੂੰ ਘੇਰਾ ਪਾ ਕੇ ਜਿਹੜਾ ਕਤਲਿਆਮ ਹੋਇਆ ਜਿਹੜੇ ਕੋਈ ਵੀ ਡਿਨਾਈ ਨਹੀਂ ਕਰ ਸਕਦਾ ਜਿਹੜਾ ਕੋਟਾ ਜਿਹੜਾ ਕੋਟਾ ਕੋਟਾ ਤੋਂ ਸ਼ੁਰੂ ਹੁੰਦਾ ਮਾਰਚ ਵਾਲਾ ਜਿਹੜਾ ਫਸਾਦ ਹੈ ਜਸ ਦੈਟਸ ਰਾਈਟ ਔਰ ਉਹ ਸਾਰੇ ਉੱਥੇ ਇਹ ਇਲਾਕੇ 'ਚ ਹੁੰਦਾ ਦੇ ਲਿਹਾਜ਼ਾ ਜਿਹੜਾ ਝਗੜਾ ਪੰਜਾਬ ਵਿੱਚ ਹੋਇਆ ਉਹਦੇ ਵਿੱਚ ਆਰਮੀ ਦੇ ਵਿੱਚ ਵੀ ਮੁਸਲਮਾਨ ਬਹੁਤ ਸਨ ਔਰ ਸਿੱਖ ਵੀ ਬਹੁਤ ਸਨ ਹਿੰਦੂ ਵੀ ਸਨ ਇਹ ਹਰਿਆਣੇ ਦੇ जाट ਜੀ ਬਟ ਸ਼ਹਿਰੀ ਲੋਕਾਂ ਨੂੰ ਦੇ ਬ੍ਰਿਟਿਸ਼ ਵਾਜਿਸ ਲੈਂਦੇ ਨਹੀਂ ਸਨ ਕਿ ਇਹ ਸ਼ਰਾਰਤ ਕਰਦੇ ਨੇ ਪੜੇ ਲਿਖੇ ਨੇ ਤੰਗ ਕਰਦੇ ਨੇ ਸਮਝ ਗਏ ਤੁਸੀਂ ਲਿਹਾਜ਼ਾ ਇਹ ਪਿੰਡਾਂ ਤੋਂ ਲੋਕ ਲੈਂਦੇ ਸਨ ਔਰ ਉਹ ਪਿੰਡਾਂ ਤੋਂ ਜਿੱਥੇ ਜ਼ਿੰਮੇਦਾਰੀ ਜਾਂ ਤੇ ਛੋਟੇ ਲੈਂਡ ਹੋਲਡਰ ਸਨ ਉਤੇ ਨੌਕਰੀ ਕਰਨ ਲਈ ਉਹਨਾਂ ਨੂੰ ਫੌਜ ਚ ਆਣਾ ਪੈਂਦਾ ਸੀ ਜਾਂ ਨਾਰਦਰਨ ਪੰਜਾਬ ਦੇ ਵਿੱਚੋਂ ਜਿੱਥੇ ਬਾਰਿਸ਼ ਹੋਵੇ ਤੇ ਫਸਲ ਅੱਛੀ ਹੁੰਦੀ ਹੈ ਵਰਨਾ ਨਹੀਂ ਹੁੰਦੀ ਤੇ ਉਹ ਲੋਕ ਆ ਜਾਂਦੇ ਸਨ ਔਰ ਹਰਿਆਣੇ ਦੇ ਜਾਟ ਆ ਜਾਂਦੇ ਸਨ ਜਾਟ ਹਿੰਦੀ ਸਪੀਕਿੰਗ ਜਾਟਸ ਬਾਕੀ ਜਿਹੜੇ ਸ਼ਹਿਰੀ ਲੋਕ ਸਨ ਪੜ੍ਹੇ ਲਿਖੇ ਲੋਕ ਸਨ ਦੇ ਵਰ ਨਾਟ ਕੀਨ ਟੂ ਹੈਵ ਥੈਮ ਆਫੀਸਰ ਕੋਰ ਇਚ ਯੈਸ ਬਟ ਉੱਥੇ ਵੀ ਜੋ ਮਾਰਸ਼ਲ ਰੇਸ ਥਿਓਰੀ ਇਹ ਉਹ ਪੁੱਠੀ ਸਿੱਧੀ ਉਹਨਾਂ ਨੇ ਬਣਾ ਲਈ ਹੋਈ ਸੀ ਸੋ ਆਫਟਰ ਦ ਸੈਕੰਡ ਵਰਲਡ ਵਾਰ ਜਦੋਂ ਇਹ ਲੋਕ ਆਏ ਨੇ ਤੇ ਦੋਨੋਂ ਪਾਸੇ ਜਿਨ੍ਹਾਂ ਦੇ ਕੋਲ ਹਥਿਆਰ ਚਲਾਣ ਦਾ ਟ੍ਰੇਨਿੰਗ ਇਹ ਵੋ ਸੀ ਉਹਦੇ ਵਿੱਚ ਮੁਸਲਮਾਨ ਬਹੁਤ ਸਨ ਔਰ ਉਧਰ ਸਿੱਖ ਵੀ ਬਹੁਤ ਸਨ ਹਿੰਦੂ ਵੀ ਐਨਸਨ ਮਗਰ ਹਰਿਆਣੇ ਦੇ ਜ਼ਿਆਦਾਤਰ ਜੀ ਵਿਆਜ਼ਾ ਕਤਲੇ ਆਮ ਕਰਨ ਲਈ ਤਿਆਰੀ ਕਰਨ ਲਈ ਔਰ ਜਿਹੜੀ ਪ੍ਰਿੰਸਲੀ ਸਟੇਟਸ ਨੇ ਹੈ ਅੰਗਰੇਜ਼ਾਂ ਦੇ ਦੇ ਤਹਿਤ ਸਨ ਉਥੇ ਸਾਰੀ ਸਿੱਖਾਂ ਦੀ ਸਨ ਪੰਜਾਬ ਵਿੱਚ ਕੋਈ Hindu rule ਸਿੱਖ ਆਪਣਾ ਪ੍ਰਿੰਸਲੀ ਸਟੇਟ ਨਹੀਂ ਸੀ ਬਾਵਲਪੁਰ ਸਾਡੇ ਵਾਲੇ ਪਾਸੇ ਮੁਸਲਮਾਨ ਦੇ ਜਦੇ ਵਿੱਚ ਇਹ ਨਵਾਬ ਸਾਹਿਬ ਦੀ ਤਾਰੀਫ ਇਸ ਕਹਿਣਾ ਚਾਹੀਦਾ ਹੈ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉੱਥੋਂ ਦੇ Hindu ਸਿੱਖਾਂ ਤੇ ਜ਼ੁਲਮ ਨਾ ਕੀਤਾ ਜਾਏ ਇਹ ਮਤਲਬ ਮੈਂ ਨਵਾਬ ਦੇ ਕੋਈ ਹੱਕ ਵਿੱਚ ਨਹੀਂ ਆਗਾ ਲੇਕਿਨ ਇੱਕ ਉਹਨਾਂ ਦਾ ਜਿਹੜਾ ਪੋਜ਼ਿਟਿਵ ਰੋਲ ਹੈ ਉਹਦਾ ਜ਼ਿਕਰ ਜ਼ਰੂਰ ਹੋਣਾ ਚਾਹੀਦਾ ਹੈ ਇਹਦੇ ਬਰਖਸ ਪਟਿਆਲੇ ਦੇ ਵਿੱਚ ਔਰ ਬਾਕੀ ਦੋ ਤਿੰਨ ਹੋਰ ਸਟੇਟਸ ਦੇ ਵਿੱਚ ਮੁਸਲਮਾਨਾਂ ਦਾ ਬਹੁਤ ਕਤਲੇਆਮ ਹੋਇਆ ਹੈ 올 ਰੂਲ ਬਾਈ ਸਿਕਸ ਹਮ ਦੇ ਆਜ਼ਾ ਜੇ ਤੁਸੀਂ ਫੈਕਟ ਨੂੰ ਲੈ ਕੇ ਚੱਲੋ ਉਹਦੇ ਪਿੱਛੇ ਥੋੜੀ ਹਿਸਟਰੀ ਵੀ ਦੇਖ ਲਓ ਕਿ ਅੰਗਰੇਜ਼ ਦੇ ਆਨ ਤੋਂ ਪਹਿਲੇ ਮਹਾਰਾਜਾ ਰਣਜੀਤ ਸਿੰਘ ਨੇ ਹਕੂਮਤ ਅਫਗਾਨਾ ਕੋਲੋਂ ਤੇ ਮੁਗਲਾਂ ਕੋਲੋਂ ਅਲੱਗ ਕਰਕੇ ਕੀਤੀ ਸੀ ਨਾ ਜੀ ਔਰ ਗੁਰੂ ਗੋਬਿੰਦ ਸਿੰਘ ਦੇ ਔਲਾਦ ਨੂੰ ਔਰ ਗੁਰੂ ਇੱਕ ਬਹਾਦਰ ਔਰ ਗੁਰੂ ਗੋਬਿੰਦ ਸਿੰਘ ਨਾਲ ਜਿਹੜਾ ਜ਼ੁਲਮ ਹੈ ਜਿਹੜਾ ਸਿੱਖ ਗੁਰਦੁਆਰਿਆਂ 'ਚ ਨਜ਼ਰ ਆਉਂਦਾ ਹੈ ਉਹ ਤੇ ਮੁਸਲਮਾਨ ਵਰਸਸ ਸਿੱਖਾਂ ਦਾ ਹੀ ਹੈ ਨਾ ਉਹਨੇ ਵੀ ਤੁਸੀਂ ਦੇਖ ਲਓ ਤੁਸੀਂ ਜਾ ਕੇ ਦੇਖ ਲਓ ਜੀ ਜੀ ਮੁਗਲਾਂ ਦੇ ਜ਼ੁਲਮ ਨੂੰ ਉਹ ਮੁਸਲਮਾਨਾਂ ਦਾ ਜ਼ੁਲਮ ਕਹਿੰਦੇ ਨੇ ਇਵਨ ਕਿ ਜਿਹੜੇ ਇਹਨੂੰ ਬਹੁਤ ਸਾਰੇ ਦੋਸਤਾਂ ਨਾਲ ਗੱਲ ਹੁੰਦੀ ਰਹਿੰਦੀ ਹੈ ਗੁਰੂ ਗੋਬਿੰਦ ਦੇ ਜਿਹੜੇ ਉਹਨਾਂ ਦੇ ਸਹਬਜ਼ਾਦੇ ਸਨ ਉਹਨਾਂ ਦੇ ਬੇਟੇ ਸੀ ਉਹਨਾਂ ਦੇ ਜਿਹੜੀਆਂ ਸ਼ਹਾਦਤ ਹੈ ਜੀ ਜੀ ਉਹਨਾਂ ਦੇ ਅੰਦਰ ਵੀ ਸਮਝਣਾ ਚਾਹੀਦਾ ਹੈ ਕਿ ਉਹ ਮੁਗਲਾਂ ਦਾ ਕੰਮ ਸੀ ਉਹ ਮੁਸਲਮਾਨਾਂ ਦਾ ਕੰਮ ਨਹੀਂ ਸੀ ਉਹ ਉਹ ਠੀਕ ਹੈ ਮੈਂ ਗੱਲ ਕੋਈ ਹੋਰ ਕਰ ਰਿਹਾ ਕਿ ਇਹ ਪਿਛਲੀ 2 200 ਸਾਲ ਦੀ ਜਿਹੜੀ ਇੱਕ ਲਿਵਿੰਗ ਹਿਸਟਰੀ ਹੁੰਦੀ ਹੈ ਜਿਹਨੂੰ ਹਲੇ ਤੱਕ ਲੋਕ ਯਾਦ ਵੀ ਕਰਦੇ ਨੇ ਕਿਉਂਕਿ ਇੱਕ ਦੋ ਜਨਰੇਸ਼ਨ ਪੁਰਾਣੀ ਗੱਲੇ ਉਹਦੇ ਝਗੜਾ ਤੇ ਮੁਗਲਾਂ ਦਾ ਅਫਗਾਨਾਂ ਦਾ ਤੇ ਸਿੱਖ ਲੀਡਰਸ ਦਾ ਹੀ ਹੋਇਆ ਹੈ ਨਾ ਕਿ ਹੂ ਵਿਲ ਰੂਲ ਪੰਜਾਬ ਕਿਉਂ ਜੀ ਜੀ ਉਹਦੇ ਬਾਅਦ ਅੰਗਰੇਜ਼ ਆ ਗਏ ਔਰ ਅੰਗਰੇਜ਼ ਨੇ ਐਂ ਦੋਨੋਂ ਕਮਿਊਨਿਟੀਜ਼ ਨੂੰ ਆਰਮੀਜ਼ ਬਹੁਤ ਜ਼ਿਆਦਾ ਪੁਲਿਸਿਜ਼ ਬਹੁਤ ਜ਼ਿਆਦਾ ਰੈਪਰੈਜ਼ੈਂਟੇਸ਼ਨ ਦਿੱਤੀ ਯਾਨੀ ਪੰਜਾਬ ਦੇ ਵਿੱਚ ਸਿੱਖਾਂ ਨੂੰ ਉਹਨਾਂ ਨੇ ਦੇ ਵਰ 13.2 18% 18.5% ਦਿੱਤੀ ਸੀ ਰੈਪਰੈਜਨਟੇਸ਼ਨ ਤੇ ਸਿੱਖਾਂ ਨੂੰ ਫਾਇਦਾ ਪਹੁੰਚਾਇਆ ਸੀ ਕਿਨਾਂ ਦੇ ਐਟ ਦਾ ਕੋਸਟ ਆਫ ਮੁਸਲਿਮਸ Who were 56% of Punjab ਲਿਹਾਜ਼ਾ ਜੇ ਤੁਸੀਂ ਰਾਉਂਡ ਟੇਬਲ ਕਾਨਫਰੰਸ ਦੀ ਵੀ ਡਿਸਕਸ਼ਨਸ ਦੇਖ ਲੋ ਤੇ ਉਹਦੇ ਵਿੱਚ ਪੰਜਾਬ ਕੁਐਸਚਨ ਇਜ਼ ਸਿੱਖ ਵਰਸਸ ਮੁਸਲਮਾਨ ਜ਼ਮੀਨ ਦੇ ਮਾਲਕ ਵੀ ਆਈ ਸਨ ਜਿਹੜਾ ਕਲਟੀਵੇਸ਼ਨ ਕਰਦੇ ਨੇ ਹਿੰਦੂਜ਼ ਵਰ ਮੋਸਟਲੀ ਟਰੇਡਰਸ ਉਹਦੇ ਬਾਅਦ ਉਹਨਾਂ ਨੇ ਬਿਜ਼ਨਸ ਵਿੱਚ ਬੀਕਮ ਮਤਲਬ ਕੀ ਕਹਿੰਦੇ ਨੇ ਛੋਟੀ ਮੋਟੀ ਇੰਡਸਟਰੀ ਵੀ ਲਾਈ ਤੇ ਜਿਹੜਾ ਸ਼ਹਿਰੀ ਬੰਦਾ ਹੁੰਦਾ ਦੁਕਾਨਦਾਰ ਹੁੰਦਾ ਉਹਨੇ ਤੇ ਹਰ ਇੱਕ ਦੇ ਨਾਲ ਅੱਛਾ ਰਿਲੇਸ਼ਨ ਰੱਖਣਾ ਉਹਦੀ ਨੈਸੈਸਿਟੀ ਹੈ ਵਾ ਨਾ ਉਹਦੀ ਦੁਕਾਨ ਹੀ ਨਹੀਂ ਚੱਲ ਸਕਦੀ ਜੀ ਤੇ ਹਿੰਦੂਆਂ ਦੇ ਬੁਨਿਆਦੀ ਕੋਈ ਨਹੀਂ ਬਣਦੀ ਇਹਦੇ ਵਿੱਚ ਹੁਣ ਕਹਿਣਾ ਕਿ ਜੀ ਮੁਸਲਮਾਨਾਂ ਔਰ ਹਿੰਦੂਆਂ ਨੂੰ ਇਹ ਸਿੱਖਾਂ ਨੂੰ ਲੜਾਇਆ ਥਿਸ ਇਜ਼ ਨੌਨਸੈਂਸ ਇਹ ਇੱਕ ਹੈ ਕਨਸਪੀਰੇਸੀ ਥਿਓਰੀ ਬਈ ਐਡੇ ਬੇਵਕੂਫ ਮੁਸਲਮਾਨ ਸਨ ਤੇ ਐਡੇ ਬੇਵਕੂਫ ਸਿੱਖ ਸਨ ਕਿ ਆਪਣੇ ਦੋਸਤ ਇੱਕ ਦੂਸਰ ਨਾਲ ਲੜ ਪਏ ਕਿਉਂਕਿ ਕਿਸੇ ਹੋਰ ਨੇ ਉਹਨਾਂ ਨੂੰ ਵਰਗ ਲਾਇਆ ਸੀ ਯਾਨੀ ਡੂ ਦੇ ਮੀਨ ਕਿ ਦੇ ਆਰ ਆਲ ਸਨਸ ਆਫ ਸਟੂਪਿਡ ਪੇਰੈਂਟਸ ਦੇ ਕੁਡਨ ਮੇਕ ਆਊਟ ਕਿ ਹੋ ਕੀ ਰਿਹਾ ਲਿਆਦਾ ਇਹ ਸਭ ਬਕਵਾਸ ਹੈਗੀ ਲੇਕਿਨ ਇਹ ਨੈਰੇਟਿਵ ਬਣਿਆ ਜਾ ਕੇ ਆਫਟਰ ਪਹਿਲੇ ਵੀ ਹੁੰਦਾ ਸੀ ਮਨੂੰ ਸਾਡੇ ਇੱਕ ਇੰਟੈਲੀਜੈਂਸ ਆਫਸਰ ਨੇ ਦੱਸਿਆ ਸੀ ਕਿ ਉਹਦੋਂ ਵੀ ਪਲਾਨ ਸੀ ਕਿ ਸਿੱਖਾਂ ਨੂੰ ਤੁਸੀਂ ਜਦੋਂ ਮੌਕਾ ਮਿਲੇ ਨਾ ਐਕਸਾਈਟ ਕਰੋ ਲੇਕਿਨ ਉਹ ਮੌਕਾ ਕਦੋਂ ਆਇਆ ਜਦੋਂ ਇੰਦਰਾ ਗਾਂਧਰੀ ਨੇ ਉਹ ਕੀਤਾ ਹੈ ਆਪਰੇਸ਼ਨ ਬਲੂ ਸਟਾਰ ਬਲੂ ਸਟਾਰ ਚੁਰਸੀ ਲੇਕਿਨ ਬਲੂ ਸਟਾਰ ਦੀ ਬੈਕਗ੍ਰਾਉਂਡ ਤੇ ਤੁਸੀਂ ਦੇਖ ਲਓ ਨਾ ਖਾਲਿਸਤਾਨ ਮੂਵਮੈਂਟ ਇੰਡੀਆ ਨੂੰ ਬ੍ਰੇਕਅਪ ਕਰ ਰਹੀ ਹੈ ਔਰ ਪਾਕਿਸਤਾਨ ਹੀ ਚਾਕੇ ਉਹਨਾਂ ਨੂੰ ਸਪੋਰਟ ਮਿਲਦੀ ਸੀ ਮੈਂ ਉਹ ਕਰਨਲ ਨੂੰ ਵੀ ਜਾਨਣਾ ਜਿਹੜੇ ਕਿ ਗਾਈਡ ਕਰਦੇ ਸਨ ਸਾਰੇ so i know all the facts very well the nna khalsaan women no support kita ke eh sada badla jo mukti bahini nu india ne support kita si 71 this is how they argue if you talk to pakistan military people te eh sara jada hai sikh aur musliman in in ho gaye ne hindu out this is all foolish politics ਔਰ ਤੁਹਾਨੂੰ ਮੈਂ ਦੱਸਾਂ ਇਸ ਪੰਜਾਬ ਇਸਮੇ ਜਾ ਕੇ ਦੇਖਿਆ ਉਹ ਯਾਰ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਸਾਡੇ ਪੰਜਾਬ ਤੋਂ ਬਹੁਤ ਬਿਹਤਰ ਹੈ। ਔਰ ਇਹ ਜਿਹੜਾ ਕਿਸਾਨ ਹੈ ਮਿਡਲ ਪੈਜ਼ੈਂਟ ਉਹ ਤੇ ਮौजਾਂ ਕਰਦਾ ਸਾਰਾ ਕੰਮ ਬਿਹਾਰੀ ਆ ਕੇ ਕਰਦੇ ਨੇ। ਜਾਂ ਇਸ ਪੰਜਾਬ ਦੇ ਜਨਾਂ ਨੂੰ ਇਹ ਈਸਟਰਨ ਯੂਪੀ ਜਿਹੜਾ ਬੜਾ ਗਰੀਬ ਹੈ ਗੋਰਖ ਗੋਰਖਪੁਰ ਔਰ ਇਹ ਇਲਾਕੇ ਬਹੁਤ ਪੋਰਟਸ ਆਫ ਯੂਪੀ ਨੇ। ਉੱਥੋਂ ਦੇ ਲੋਕ ਵਿਚਾਰੇ ਆ ਕੇ ਕੰਮ ਕਰਦੇ ਨੇ। ਤੇ ਜਿਹੜੇ ਉਥੋਂ ਦੇ ਮਾਲਕ ਨੇ ਜ਼ਮੀਨ ਦੇ ਉਹ ਤੇ ਡਰਿੰਕ ਕਰ ਗਏ ਔਰ ਉਹ ਨਸ਼ੇ ਦੀ ਉੱਤੇ ਫਿਲਮਾਂ ਨਹੀਂ ਬਣਦੀਆਂ ਆ ਇਸ ਪੰਜਾਬ ਦੀਆਂ ਉਹ ਕਿੱਥੋਂ ਬਣਦੀਆਂ ਨੇ ਨਸ਼ਾ ਹਾਂ ਸੋ ਮੈਂ ਇਹ ਜਿਹੜਾ ਹੈ ਨਾ ਕਿ ਹਿੰਦੂਆਂ ਦੀ ਕਨਸਪੀਰੇਸੀ ਸੀ ਲੜਾਇਆ ਇਹਦੀ ਬਕਵਾਸ ਹੈ ਬਿਲਕੁਲ ਇਟ ਹੈਜ਼ ਨੋ ਫਾਊਂਡੇਸ਼ਨ ਵਾਟਸ ਏਵਰ ਮਾਰਚ ਤੁਸੀਂ ਹਮਲਾ ਕਰਕੇ ਸਿੱਖਾਂ ਨੂੰ ਆਪਣੇ ਖਿਲਾਫ ਕਰ ਲਿਆ ਹਾਂ ਜੀ ਜੀ ਸੋ ਜਿਹੜੀ ਲਿਵਿੰਗ ਮੈਮਰੀਜ਼ ਤੇ ਤੁਹਾਡੀ ਐਕਸ਼ਨਸ ਤੋਂ ਪਤਾ ਲੱਗਦਾ ਹੈ ਨਾ ਔਰ ਮੈਂ ਤੁਹਾਨੂੰ ਇਹ ਰਿਪੋਰਟਸ ਵੀ ਦੱਸਤੀਆਂ ਨੇ ਅੱਛਾ ਆਰਐਸਐਸ ਤੇ ਗਵਰਨਮੈਂਟ ਆਫ ਪਾਕਿਸਤਾਨ ਦੀ ਰਿਪੋਰਟ ਕੀ ਹੈ ਕਿ ਆਰਐਸਐਸ ਇੱਥੇ ਆਈ ਹੈ ਔਰ ਆਰਐਸਐਸ ਵਾਲੀ ਜਿਹੜੀ ਉਹਨਾਂ ਨੇ ਸਿਕਰਟ ਕਮਿਊਨੀਕੇਸ਼ਨਸ ਪੜ੍ਹੀਆਂ ਉਹਨਾਂ ਨੇ ਕਿਹਾ ਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਗਾਂਧੀ ਹੈਗਾ ਜਿਹੜਾ ਇੱਥੇ ਆ ਕੇ ਅਮਨ ਦੀ ਗੱਲ ਕਰ ਰਿਹਾ ਹੂੰ ਕਿ ਹਿੰਦੂਆਂ ਦੇ ਬਜਾਏ ਇੰਟਰਸਟ ਲੈਣ ਲਈ ਉਹ ਇੱਥੇ ਆ ਕੇ ਅਮਨ ਦੀ ਗੱਲ ਕਰ ਰਿਹਾ ਤੁਸੀਂ ਤਿਆਰ ਹੋ ਜਾਓ ਬਦਲਾ ਲੈਣ ਲਈ ਤੇ ਤੁਹਾਡੇ ਤੇ ਹਮਲਾ ਹੋਇਆ ਆਰਐਸਐਸ ਦੇ ਕਾਂਗਰਸ ਦੇ ਉੱਤੇ ਕੋਈ ਪਾਕਿਸਤਾਨ ਦਾ ਗਵਰਮਨ ਦਾ ਡਾਕੂਮੈਂਟ ਨਹੀਂ ਹੈ ਕਿ ਪੰਜਾਬ ਕਾਂਗਰਸ ਨੇ ਇਹ ਉਹਦੇ ਜਿਹਾ ਸਾਲਿਆ ਲੇਕਿਨ ਅਕਾਲੀਆਂ ਦੀ ਇਨਵੋਲਵਮੈਂਟ ਅੱਛਾ ਸਿੱਖਾ ਲੋ ਕਿਤਾਬ ਹੈਗੀ ਹੈ ਆਈ ਵਿਲ ਰੀਡ ਯੂ ਆਊਟ ਉਹ ਹੈ ਸ਼੍ਰੋਮਣੀ ਗੁਰਦੁਆਰਾ ਸਰਬੰਧਕ ਕਮੇਟੀ ਤੋਂ ਦੇਖ ਕਮੇਟੀ ਜੀਪੀਸੀ ਜੀ ਜੀ ਇਹਦੀ ਇੱਕ 453 ਪੇਜ ਰਿਪੋਰਟ ਹੈ ਮੁਸਲਮ ਲੀਗ ਅਟੈਕ ਔਨ ਸਿਕਸ ਐਂਡ ਹਿੰਦੂਸ ਇਨ ਦਾ ਪੰਜਾਬ 1947 ਜਦੇ ਵਿੱਚ ਉਹਨਾਂ ਨੇ ਸਾਰਾ ਇਲਜ਼ਾਮ ਮੁਸਲਮ ਲੀਗ ਤੇ ਲਾਇਆ ਔਰ ਉਹਦੇ ਚ ਗੁਰਬਚਨ ਸਿੰਘ ਜਿਹੜੇ ਨੇ ਉਹ ਜਿਹੜੇ ਨੇ ਕੀ ਨਾਮ ਹੈ ਦਾ ਯਾਰ ਗੁਰਬਚਨ ਸਰਦਾਰ ਗੁਰਬਚਨ ਸਿੰਘ ਤਾਲਬ ਉਹਨੇ ਕਿ ਆ ਕੇ ਸਾਰੀ ਮੁਸਲਮ ਕਮਿਊਨਿਟੀ ਵੀ ਇਨਵੋਲਵ ਸੀ ਯਾਨੀ ਉਹ ਵੀ ਇੱਕ ਐਕਸਟ੍ਰੀਮ ਬਿਆਨ ਹੈ ਐ ਨਹੀਂ ਕਿ ਮੁਸਲਮ ਲੀਗ ਹੈ ਇਨਵੋਲਵਡ ਹੈ ਸਾਰੀ ਕਮਿਊਨਿਟੀ ਨੂੰ ਉਹਨੇ ਇਨਕਲੂਡ ਕਰਤਾ ਹੈ ਹਮ ਤੇ ਸਿੱਖਾਂ ਦੀ ਜਿਹੜੀ ਰਿਪੋਰਟ ਹੈ ਉਹ ਤੇ ਤਫਰੀਕ ਨਹੀਂ ਕਰਦੀ ਬਿਟਵੀਨ ਮੁਸਲਮ ਲੀਗ ਐਂਡ ਮੁਸਲਮਸ ਉਹ ਤੇ ਦੋਨਾਂ ਨੂੰ ਇੱਕ ਜਗ੍ਹਾ ਖੜਾ ਦਿੰਦੀ ਹੈ ਇਹ ਇਹ ਇਹਦੇ ਇਲਾਵਾ ਇਹ ਇੱਕ ਹੋਰ ਰਿਪੋਰਟ ਹੈ ਜੀ ਜੀ ਪਲੀਜ਼ ਜੀ ਇੱਕ ਹੋਰ ਰਿਪੋਰਟ ਹੈਗੀ ਜਸਟਿਸ ਜੀਡੀ ਖੋਸਲਾ ਦੀ ਸਟਰਨ ਰੈਕਨਿੰਗ ਉਹਦੇ ਵਿੱਚ ਵੀ ਤੁਸੀਂ ਪੜ ਲਓ ਉਹਦੇ ਚ ਉਹਨਾਂ ਨੇ ਇਲਜ਼ਾਮ ਮੁਸਲਿਮ ਲੀਗ ਦੇ ਉੱਤੇ ਲਾਇਆ ਹੈ ਹਾਂ ਜੀ ਤੇ ਇੱਕ ਫਰਕ ਹੈ ਰਿਪੋਰਟ ਦੀ ਉਹ ਕਿਉਂਕਿ ਜੱਜ ਵੀ ਸਨ ਨਾ ਸੋ ਹੀ ਰਾਈਟਸ ਵੈਰੀ ਡਿਫਰੈਂਟਲੀ ਲੇਕਿਨ ਸਿੱਖਾਂ ਦੀ ਰਿਪੋਰਟ ਵਿੱਚ ਮੁਸਲਿਮ ਲੀਗ ਦਾ ਇਹਦੇ ਚ ਇਨਵੋਲਵਮੈਂਟ ਔਰ ਪੂਰੇ ਮੁਸਲਮਾਨਾਂ ਦੇ ਇਨਵੋਲਵਮੈਂਟ ਵਿੱਚ ਕੋਈ ਫਰਕ ਨਹੀਂ ਹੈਗਾ ਸੋ ਦ ਸਿੱਖਸ ਆਰ ਬਲੇਮਿੰਗ ਦ ਮੁਸਲਿਮਸ ਜਿਹੜੀ ਉਦੋਂ ਦੀ ਰਿਪੋਰਟਸ ਨੇ ਜੀ ਐਂਡ ਦ ਮੁਸਲਿਮ ਜਿਹੜੀਆਂ ਮੈਂ ਤੁਹਾਨੂੰ ਦੋ ਦ ਸਿੱਖ ਪਲਾਨ ਐਂਡ ਦ ਸਿੱਖਸ ਇਨ ਐਕਸ਼ਨ ਉਹ ਸਿੱਖਾਂ ਨੂੰ ਬਲੇਮ ਕਰ ਰਹੇ ਨੇ ਲਿਆਜ਼ਾ ਦੋਨੋਂ ਪਾਸਿਓਂ ਜਿਹੜੀਆਂ ਰਿਪੋਰਟਸ ਉਸ ਦੌਰ ਦੀਆਂ ਨੇ ਦੇ ਗਿਵ ਯੂ ਅ ਵੈਰੀ ਡਿਫਰੈਂਟ ਪਿਕਚਰ ਐਂਡ ਥੈਟ ਪਿਕਚਰ ਇਜ਼ ਹਿੰਦੂ ਮੁਸਲਮ ਸਿੱਖਾਂ ਔਰ ਮੁਸਲਮਾਨਾਂ ਦਾ ਝਗੜਾ ਕਿ ਇੱਥੇ ਪੰਜਾਬ ਵਿੱਚ ਕੌਣ ਰੂਲ ਕਰੇਗਾ ਕਿਦੀ ਕਿੱਥੇ ਪੋਜੀਸ਼ਨ ਹੋਏਗੀ ਜਿਹੜੇ ਪੰਜਾਬ ਦੇ ਹਿੰਦੂ ਸਨ ਉਹਨਾਂ ਚੋਂ ਇੱਕ ਸਮਾਲ ਪਰਸੈਂਟੇਜ ਆਰਐਸਐਸ ਨਾਲ ਸੀ لیکن ਤੁਸੀਂ وہی میں پوچھنا چاہ رہا سی کہ आरएसएस ਦਾ ਕਿਹੜਾ ਏਰੀਆ ਸੀ ਕਿੱਥੇ ਇਹ ਕਿਨੇ ਕਿਲਿੰਗ ਦੇ ਵਿੱਚ ਇਨਵਾਲਵਸਨ आरएसएस ਦਾ ਦੇਖੋ ਜੀ ਅੰਮ੍ਰਿਤਸਰ ਵਿੱਚ ਹੋਣਾ ਹੂੰ ਸਾਡੇ ਵਾਲੇ ਪਾਸੇ ਤੇ ਮinority ਸਨ ਨਾ ਤੇ ਉੱਥੇ ਉਹਨਾਂ ਨੇ ਕੀ ਕਰ ਸਕਣਾ ਲਾਹੌਰ ਦੇ ਵਿੱਚ ਇੱਕ ਦੋ ਸਨਮਾ ਦੇ ਉੱਤੇ ਅਟੈਕ ਹੋਇਆ ਸੀ ਇੱਕ ਜੂਨ ਵਿੱਚ ਉਹ ਉਹਨਾਂ ਨੇ ਇੱਕ ਰਿਪੋਰਟ ਹੈ ਗਵਰਨਮੈਂਟ ਦੀ ਉਹ आरएसएस ਤੇ ਲਾਇਆ ਹੂੰ ਇੱਕ ਹੋਰ ਰਿਪੋਰਟ ਹੈ ਕੁਝ ਉਹ ਜਾ ਰਹੇ ਸਨ ਮਜ਼ਦੂਰ ਇੱਕ ਬਾਸੇਚ ਉਸਤੇ ਵੀ ਅਟੈਕ ਹੋਇਆ ਉੱਥੇ ਵੀ ਆਰਐਸਐਸ ਦਾ ਜ਼ਿਕਰ ਹੈ ਉਹਨਾਂ ਨੇ ਬੰਬ ਚੰਨ ਚਲਾਏ ਨੇ ਲੇਕਿਨ ਆਰਐਸਐਸ ਦਾ ਪੰਜਾਬ ਵਿੱਚ ਕੋਈ ਐਡਾ ਵੱਡਾ ਹੋਲਡ ਨਹੀਂ ਸੀ ਇਟ ਵਾਸ ਅ ਮਾਈਨਰ ਆਰਗੇਨਾਈਜੇਸ਼ਨ ਜਿਸਾ ਮੁਸਲਿਮ ਲੀਗ ਦਾ ਤਾਂ ਪੂਰੇ ਮੁਸਲਮਾਨਾਂ ਨੂੰ ਇਹਨਾਂ ਨੇ ਕਾਬੂ ਕਰ ਲਿਆ ਸੀ ਔਰ ਸਿੱਖ ਦੀਆਂ ਪੰਥਿਕ ਪਾਰਟੀਆਂ ਦੇ ਵਾਰ ਆਲ ਵਨ ਮੇਨ ਹਿੰਦੂ ਜਿਹੜਾ ਸੀ ਪੰਜਾਬ ਦਾ ਉਹ ਕਾਂਗਰਸ ਦੇ ਨਾਲ ਸੀ ਹੂੰ ਇਹ ਫਰਕ ਹੈ ਨਾ ਕਾਂਗਰਸ ਦੇ ਉੱਤੇ ਇਲਜ਼ਾਮ ਪਾਕਿਸਤਾਨ ਗਵਰਨਮੈਂਟ ਨੇ ਨਹੀਂ ਲਾਇਆ ਜਿਹੜੇ ਮੈਂ ਤੁਹਾਨੂੰ ਦੋ ਰਿਪੋਰਟਸ ਦਿੱਤੀਆਂ ਨੇ ਤੀਸਰੀ ਰਿਪੋਰਟ ਮੈਂ ਦਿਖਾ ਦਿਓ ਗਵਰਨਮੈਂਟ ਆਫ ਪਾਕਿਸਤਾਨ ਦੀ ਛਪੀ ਹੋਈ ਜਦੇ ਚ ਉਹਨਾਂ ਨੇ ਕਾਂਗਰਸ ਲੀਡਰਸ਼ਿਪ ਨੂੰ ਬਲੇਮ ਕੀਤਾ ਬਲਕੇ ਸਾਡੀ ਸੀਆਈਡੀ ਦੀ ਰਿਪੋਰਟ ਹੈ ਕਿ ਜਦੋਂ ਇਹ ਆਰਸੈਸ ਵਾਲੇ ਆਏ ਨੇ ਨਾ ਲਾਇਲਪੁਰ ਆਪਣੇ ਉੱਥੇ ਗੱਲਾਂ ਕੀਤੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡਾ ਦੁਸ਼ਮਨ ਜਿਹੜਾ ਹੈ ਹਿੰਦੂਆਂ ਦਾ ਉਹ ਇਹ ਮਹਾਤਮਾ ਗਾਂਧੀ ਹੈ ਜਿਹੜਾ ਤੁਹਾਨੂੰ ਕਹਿ ਰਿਹਾ ਕਿ ਅਮਨ ਦੇ ਨਾਲ ਕੰਮ ਕਰੋ ਤੁਸੀਂ ਮਿਲਟੈਂਸਲੀ ਤਿਆਰ ਹੋ ਜਾਓ ਉਹ ਤੇ ਹਿੰਦੂਆਂ ਨੂੰ ਕਹਿ ਰਹੇ ਨੇ ਲੜਨ ਲਈ ਤਿਆਰ ਹੋ ਕਿਉਂਕਿ ਦ ਹਿੰਦੂਸ ਵਰ ਫੋਲੋਇੰਗ ਮਹਾਤਮਾ ਗਾਂਧੀ ਕਿ ਅਸੀਂ ਅਮਨ ਦੇ ਨਾਲ ਸਾਰੇ ਕੁਝ ਕਰਨਾ ਹੈ ਸੋ ਹਾਊ ਕੈਨ ਯੂ ਬਲੇਮ them when the government of pakistan's own plans ਆਵੋ ਜਾ ਕੇ ਦੇਖ ਵੀ ਲਵੋ ਤੁਹਾਡੀ ਉਥੇ ਸਾਰੀਆਂ ਹੋਣ ਗਿਆ ਮੇਰੇ ਕੋਲ ਜੋ ਆਈਆਂ ਨੇ ਤੇ ਉਥੇ ਨਹੀਂ ਹੋਣ ਗਿਆ ਆਵ ਦਾ origignal plans ਇੱਥੇ ਪਈ ਹੋਈਆਂ ਨੇ ਸੋ ਗਵਰਨਮੈਂਟ ਆਫ ਪਾਕਿਸਤਾਨ ਇਹ ਕਹਿ ਰਹੀ ਹੈ ਐਸਪੀਜੀਸੀ ਦੀ ਰਿਪੋਰਟ ਇਹ ਕਹਿ ਰਹੀ ਹੈ ਹਾਂਜੀ ਸੋ ਵਾਟ ਵਾਟ ਦਾ ਹੈਲ ਯਾਰ ਐ ਨਲਾਇਕ ਹੋਣਾ ਜਾਹਲ ਹੋਣਾ ਔਰ ਨਫ਼ਰਤ ਨਾਲ ਗੱਲਾਂ ਕਰਨ ਦੇ ਨਾਲ ਆਸਾਨ ਸਟੋਰੀ ਹੋ ਜਾਂਦੀ ਹੈ ਬਟ ਦਾ ਫੈਕਟਸ ਆਰ ਫੈਕਟਸ ਦੈਟਸ ਆਲ ਅੱਛਾ ਬੜਾ ਮੁਸ਼ਕਲ ਹੈ ਇਹ ਕੈਟਾਗਰਾਈਜ਼ ਕਰਨਾ ਔਰ ਨੰਬਰਸ ਦੇਣੇ ਲੇਕਿਨ ਅਗਰ ਅਸੀਂ ਦੇਖਣਾ ਚਾਹੀਏ ਤੇ ਜਿਸ ਤਰੀਕੇ ਦਾ ਮੁਸਲਮ ਲੀਗ ਦਾ ਸਟਾਰਟ ਹੈ ਪਿੰਡੀ ਹੋਰ ਆਸੇ ਪਸੀ اور ਫਿਰ ਇਹ ਨੇ ਸ਼ੁਰੂ ਕੀਤਾ ਜੀ ਜੀ ਇਥੋਂ ਸਟਾਰਟ ਹੁੰਦਾ ਫਿਰ ਉਸ ਦੇ ਅੰਦਰ ਜਿਹੜੇ ਪ੍ਰਿੰਸਿਸ ਸਟੇਟਸ ਇਨ ਸਟੇਟ ਇਨ اور ਅਕਾਲੀ ਦਲ ਅਕਾਲੀ ਦਲ ਉਹ ਬਦਲਾ ਉਹ ਬਦਲੇ ਦੇ ਤੌਰ ਤੇ ਉਹਨਾਂ ਨੇ ਫਿਰ ਉਹਨਾਂ ਦੀ ਜੋ ਲੋਕਾਂ ਨੂੰ ਮਾਰਨ ਦਾ ਇੱਕ ਨੰਬਰ ਸੀ ਉਹ ਕਿਤੇ ਇਥੋਂ ਵੱਧ ਗਿਆ ਸੀ ਥੋੜੇ ਟਾਈਮ ਦੇ ਵਿੱਚ ਜ਼ਿਆਦਾ ਲੋਕਾਂ ਨੂੰ ਉੱਥੇ ਮਾਰਿਆ ਗਿਆ ਥੈਟਸ ਰਾਈਟ ਥੈਟਸ ਵਾਟ ਆਈ ਹੈਵ ਸੈਡ ਮੇਰੀ ਰਿਪੋਰਟ ਤੇ ਹੈ ਸਾਬਤ ਕਰਦੀ ਹੈ ਕਿ 3 ਲੱਖ ਤੋਂ 2.5 ਲੱਖ ਤੱਕ ਹਿੰਦੂ ਸਿੱਖ ਸਾਡੇ ਵੱਟ ਸੇ ਮਾਰੇ ਗਏ होंगे लेकिन 5 लाख मुसलमान उधर मारे जा सकते रहे क्योंकि उथे ते फिर प्लान सी ना के इन सारेया नु ਕੱਢਣਾ ਹੈ ਲੈਟ ਮੀ ਸੇ ਮੁਸਲਮ لیگ ਦੀ ਕੋਈ ਓਵਰਆਲ ਪਲਾਨ ਨਹੀਂ ਸੀ ਮੈਂ ਬੜਾ ਏਵਿਡੈਂਸ ਦਿਤਾ ਹੈ ਕਿ ਜਦੋਂ ਪਾਰਟੀਸ਼ਨ ਹੋ ਵੀ ਗਈ ਹੈ ਤੇ ਪੰਜਾਬ ਟੈਕਸਟ ਬੁੱਕ ਦੇ ਜਿਹੜੇ ਓਨਰਸ ਹਨ ਨਾ ਕਪੂਰ ਜ ਜਿਹਨਾਂ ਦਾ ਨਿਸ਼ਾਦ ਸਿਨੇਮਾ ਸੀ ਉਹਨੋਂ ਗਾਇਬ ਹੋ ਗਿਆ ਸਿਨੇਮਾ ਉਹ ਉਹਨਾਂ ਦੇ ਕੋਲ ਸਰਦਾਰ ਸ਼ੌਕਤ ਹਿਆਤ ਔਰ ਨਵਾਬਮਮ ਡੋਰ ਜਿਹੜੇ ਉਹਨਾਂ ਦੇ ਨਾਲ ਮਹਿਲ ਪੜਦੇ ਸਨ ਕਾਲਜ ਵਿੱਚ ਉਹ ਆਏ ਨੇ ਕਿ ਤੁਸੀਂ ਨਹੀਂ ਜਾਣਾ ਤੁਸੀਂ ਇੱਥੇ ਹੀ ਰਹਿਣਾ ਸਾਨੂੰ ਤੁਹਾਡੀ ਹੈ ਜਿਹੜੀ ਹੈ ਨਾ ਟੈਕਸਟ ਬੁੱਕ ਚਾਹੀਦੀਆਂ ਨੇ ਇੱਥੇ ਲੇਕਿਨ ਤਿੰਨ ਹਫਤੇ ਬਾਅਦ ਇਹ ਲੋਕ ਉਹਨਾਂ ਕੋਲ ਗਏ ਔਰ ਕਹਾ ਕਿ ਸੌਰੀ ਵੀ ਕਾਂਟ ਗੈਰੰਟੀ ਯੂ ਸੇਫਟੀ ਜੋ ਈਸ ਪੰਜਾਬ ਵਿੱਚ ਇੰਨੇ ਮੁਸਲਮਾਨ ਆ ਰਹੇ ਨੇ ਔਰ ਉਹਨਾਂ ਦੇ ਨਾਲ ਜੋ ਹੋਇਆ ਹੁਣ ਅਸੀਂ ਤੁਹਾਨੂੰ ਪ੍ਰੋਟੈਕਟ ਨਹੀਂ ਕਰ ਸਕਦੇ ਤੇ ਪੰਜ ਟਰੱਕ ਪਾਕਿਸਤਾਨ ਗਵਰਨਮੈਂਟ ਨੇ ਇਹ ਕਪੂਰਸ ਨੂੰ ਦਿੱਤੇ ਕਿਉਂਕਿ ਵੈਲ ਕਨੈਕਟਡ ਲੋਟਸ ਹਨ ਅਪਰ ਕਲਾਸ ਜਿਹੜੀ ਹੈ ਉਹ ਆਪਣੀ ਜੋ ਚੀਜ਼ਾਂ ਲੈ ਜਾਣਾ ਚਾਹੁੰਦੇ ਸਨ ਲੈ ਗਏ ਉਹ ਵੀ ਮੇਰੀ ਪੰਜਾਬ ਵਾਲੀ ਕਿਤਾਬ ਵਿੱਚ ਹੈ ਐਂਡ ਮੈਨੀ ਅਦਰ ਇਨਸੀਡੈਂਟਸ ਇੱਕ ਹੋਰ ਵੀ ਹੈ ਕਿ ਪੰਡਤ ਨਹਿਰੂ ਵਾਸ ਇਨ ਲਾਹੌਰ ਪਾਰਟੀਸ਼ਨ ਤੋਂ ਇੱਕ ਦੋ ਦਿਨ ਪਹਿਲੇ ਤੇ ਲਾਹੌਰ ਦੇ ਹਿੰਦੂਆਂ ਨੇ ਕਿਹਾ ਕਿ ਸਰ ਤੁਸੀਂ ਕੀ ਪੇ ਕਰਦੇ ਹੋ ਅਸੀਂ ਪਹਿਲੇ ਵੀ ਮੁਸਲਮਾਨਾਂ ਦੇ ਹਕੂਮਤਾਂ ਦੇ ਤਹਿਤ ਰਹੇ ਹਾਂ ਤੇ ਉਹ ਠੀਕ ਸੀ ਲੇਕਿਨ ਹੁਣ ਤੇ ਇਹ ਮੁਲਕ ਨੂੰ ਤੋੜਨਾ ਚਾਹੁੰਦੇ ਨੇ ਥਿਸ ਇਜ਼ ਅ ਡਿਫਰੈਂਟ ਸਿਚੁਏਸ਼ਨ ਤੇ ਜਵਾਲਨਲ ਨਹਿਰੂ ਨੇ ਤਾਂਗਾ ਕੇ ਕਿਹਾ ਯਾਰ ਤੁਸੀਂ ਆਜ਼ਾਦੀ ਨਹੀਂ ਫਿਰ ਸਾਡੇ ਚਾਹਦੇ ਇੱਥੇ ਤੁਹਾਨੂੰ ਪਾਕਿਸਤਾਨ ਗਵਰਨਮੈਂਟ ਵੀ ਬੁਰਾ ਨਹੀਂ ਟਰੀਟ ਕਰੇਗੀ ਹੂੰ ਉਹ ਵਿਚਾਰਾ ਸ਼ਰੀਫ ਆਦਮੀ ਸੀ ਨਾ ਸੋ ਦੈਟ ਇਜ਼ ਐ ਸਾਰੇ ਇਨਸੀਡੈਂਟ ਮੈਂ ਦਿੱਤੇ ਹੋਏ ਨੇ ਐਂਡ ਇਫ ਪੀਪਲ ਸਟਿਲ ਡੂ ਨਾਟ ਵਾਂਟ ਟੂ ਗੋ ਐਂਡ ਰੀਡ ਐਂਡ ਲਰਨ ਸੌਰੀ ਸਰ ਆਈ ਕੈਨਟ ਡੂ ਐਨੀਥਿੰਗ ਸਾਰਾ ਕੁਝ ਤੇ ਹੈ ਔਰ ਦੋ ਦਫਾ ਪਾਕਿਸਤਾਨ ਦੀ ਜੂਰੀਜ਼ ਨੇ ਇਹਨੂੰ ਬੈਸਟ ਨਾਨ ਫਿਕਸ਼ਨ ਬੁੱਕ ਅਬਾਊਟ ਔਰ ਦਿੱਤਾ ਹੈ ਸੋ ਪਾਕਿਸਤਾਨ ਹੈਜ਼ ਗਿਵਨ ਆਨਰ ਟੂ ਦਿਸ ਬੁੱਕ ਤੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੇ ਤੇ ਕੀਤਾ ਤੇ ਜਾਹਲਾਂ ਦੀ ਤੇ ਜਿਹੜੇ ਟੱਬਰ ਦੇ ਟੱਬਰ ਨੇ ਮੈਂ ਆਈ ਡੋਨਟ ਕੇਅਰ ਫॉर देम Who are they? Ha. Uh, facts are facts. Simple as that. Take Both both suni gal.